ਹਾਂਜੀ ਆ ਨਵੀਆਂ ਨਵੀਆਂ ਪਾਰਟੀਆਂ ਉੱਭਰ ਕੇ ਆ ਰਹੀਆਂ ਮੋਰੇ ਆ ਇੱਕ ਆ ਗਿਆ ਵਾਰਸ ਪੰਜਾਬ ਦੇ ਆ ਗਏ ਲੈ ਦੱਸੋ ਵੀ ਜੇ ਤੁਸੀਂ ਵਾਰਸ ਪੰਜਾਬ ਦੇ ਆ ਤੇ ਆ ਬਾਕੀ ਅਸੀਂ ਕੌਣ ਹੋ ਜਾਂ ਰੰਗਰੇਟੇ ਸੇਖਾ ਹੋਰ ਰਵਦਾਸੀਆ ਲਾਲੇ ਆ ਹੋਰ ਬਹੁਤ ਜ਼ਿਆਦਾ ਰਹਿੰਦੇ ਨੇ ਇਹ ਕੌਣ ਹੋਗਾ ਤੇ ਤੁਸੀਂ ਵਾਰਸ ਪੰਜਾਬ ਦੇ ਹੋ ਗਏ ਤੇ ਅਸੀਂ ਸਾਡਾ ਜਨਮ ਨਹੀਂ ਪੰਜਾਬ ਦੇ ਵਿੱਚ ਹੋਇਆ ਹੈਗਾ ਤੇ ਅਸੀਂ ਜ਼ਰਾਖਤ ਨਾਲ ਲੱਗੇ ਹੋ ਜਾਂ ਧਰਤੀ ਜੋ ਇਦਾਂ ਪੁੰਗਰ ਕੇ ਆ ਗਏ ਤੁਸੀਂ ਇੱਕ ਵਾਰ ਸਪੰਜਾਬ ਦੇ ਆ ਗਏ ਜੀ ਆ ਸੋਚ ਇਹ ਨਾ ਬੰਦਿਆਂ ਦੀ ਦੇਖ ਲਓ ਕੋਈ ਨਿਹੰਗ ਸਾਹਿਬ ਵੀ ਇਹਨਾਂ ਦੀ سپورਟ ਲੱਗਿਓ ਕਰਨ ਤੇ ਨਿਹੰਗ ਸਾਹਿਬ ਇਹਨਾਂ ਦੀਆਂ ਆਪਣੀਆਂ ਗੱਡੀਆਂ ਦੇਖੋ ਕਿਦਾਂ ਛਕੜੇ ਜੇ ਹੁੰਦੇ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਟੁੱਟੇ ਯੰਗ ਜੇ ਤੇ ਇੱਕ ਪਾਸੇ ਦਾ ਸ਼ੀਸ਼ਾ ਟੁੱਟਿਆ ਹੁੰਦਾ ਦੂਜੇ ਪਾਸੇ ਦੇ ਦੋ ਸ਼ੀਸ਼ੇ ਟੁੱਟੇ ਹੁੰਦੇ ਆ ਮੂਹਰ ਲਟੇ ਰਨੇ ਟੈਂਪੂ ਦਾ ਪਾਇਆ ਹੁੰਦਾ ਪਿਛਲੇ ਟਾਇਰ ਦੇ ਵਿੱਚ ਇਹਨਾਂ ਨੇ ਪੱਛ ਰੱਖੇ ਹੁੰਦੇ ਪੜਪੜ ਕਰਦੇ ਜਾਂਦੇ ਆ ਨਾਟਕਸੇ ਹੁੰਦੇ ਆ ਤੇ ਦੂਸਰੇ ਟਾਇਰ ਦੇ ਵਿੱਚ ਹਵਾ ਘੱਟ ਹੁੰਦੀ ਐ ਤੇ ਹੋਰ ਜਿਹੜਾ ਚੌਥਾ ਟਾਇਰ ਉਹਦੀਆਂ ਗੁੱਲੀਆਂ ਉੜੀਆਂ ਹੋਣੀਆਂ ਤੇ ਹੌਰ ਨੇ ਇਹਨਾਂ ਦਾ ਵੱਜਦਾ ਕੋਈ ਨਹੀਂ ਹੁੰਦਾ ਤੇ ਧੌਣ ਬਾਹਰ ਨੂੰ ਕੱਢ ਕੇ ਕਹਿੰਦੇ ਹੁੰਦੇ ਹਟ ਜਾਓ ਪਾਸੇ ਖਾਲਸਾ ਆਉਂਦਾ ਖਾਲਸਾ ਆਉਂਦਾ ਦੱਸੋ ਲੋਕਾਰੇ ਮਾਰਦੇ ਜਾਣਗੇ ਜੇ ਆਹ ਹਰਕਤਾਂ ਨਹੀਂ ਆ ਬੰਦੇ ਵੱਢਣ ਲੱਪੇ ਤੁਸੀਂ ਤੇ ਆਲ ਨੂੰ ਕਰਪਾਉਣ ਵਾਲਾ ਬਾੜਤਾ ਉਹਨੂੰ ਬਾੜਤਾ ਜੇ ਤੁਹਾਡਾ ਭਾਈ ਰਾਜ ਆ ਗਿਆ ਇਹ ਇਦਾਂ ਦੀਆਂ ਹਰਕਤਾਂ ਹੋਣਗੀਆਂ ਤੇ ਫੇਰ ਤਾਂ ਗੱਡੀ ਚੱਲਣੀ ਕੋਈ ਨਹੀਂ ਤੇ ਨਾਲੇ ਐਸ ਰਾਜ ਦੇ ਵਿੱਚ ਤੁਹਾਨੂੰ ਕੋਈ ਪਰੌਣ ਨੂੰ ਪੈ ਰਹੀ ਆ ਆ ਮੋਲਦੀ ਦਾ ਰਾਜ ਆ ਵਧੀਆ ਕੰਮਕਾਰ ਚਾ ਕਰ ਰਿਹਾ ਇੰਡਸਟਰੀ ਲਿਆ ਰਿਹਾ ਆ ਇੱਥੇ ਤੁਹਾਨੂੰ ਕੀ ਪਰੌਣ ਨੂੰ ਪੈਂਦੀ ਆ ਹ ਇਹ ਰਾਜ ਨਹੀਂ ਵਧੀਆ ਹੈਗਾ ਤੇ ਉਹੀ ਰਾਜ ਤੁਹਾਨੂੰ ਚਾਹੀਦਾ ਮਹਾਰਾਜ ਰਣਜੀਤ ਸਿੰਘ ਦਾ ਪੁਰਾਣਾ ਅਸੀਂ ਇਦਾਂ ਜਿੱਦਾਂ ਪਹਿਲਾਂ ਹੁੰਦਾ ਸੀ ਇਦਾਂ ਰਹਿਾਂਗੇ ਨਿਆਣੇ ਵੀ ਸਕੂਲਾਂ ਵਿੱਚ ਇਦਾਂ ਹੀ ਜਾਣ ਕਿ ਕਿਰਪਾਨਾਂ ਪਾ ਕੇ ਉਹ ਮਤਸ਼ਯਾ ਕੇ ਹੋਣਗੇ ਹਾਂ ਦੱਸੋ ਕਿਹੜੀ ਸੋਚ ਦੇ ਵਿੱਚ ਬੈਠੇ ਐ ਦੁਨੀਆ ਕਿੱਥੇ ਪਹੁੰਚੀ ਜਾਂਦੀ ਆ ਇਹ ਉੱਥੇ ਪੁਰਾਣੀ ਸੋਚ ਦੇ ਵਿੱਚ ਨਿਆਣੇ ਕਿਰਪਾਨਾਂ ਨਾਲ ਲੜਨਗੇ ਕਦੂ ਦੇ ਮਾਰਨਗੇ ਹਾਂ ਸਾਰੇ ਬੰਦੇ ਅੰਬਰਤ ਸ਼ੱਕੇ ਹੋਣ ਪਾਠ ਕਰੀ ਜਾ ਬਸ ਹੈ ਕੋਈ ਕੰਮਕਾਰ ਤੁਹਾਨੂੰ ਨਹੀਂ ਆਉਂਦਾ ਟੈਕਨੀਕਲ ਤੁਹਾਡੇ ਕੋਲ ਨਹੀਂ ਕੋਈ ਹੈਗੀ ਹੈ ਤੇ ਪਾਠਣ ਵਾਲੇ ਬਸ ਸਾਰੀ ਜਾਣਿਆ ਦੈਨ ਰਾਤ 24 ਘੰਟੇ ਸਪੀਕਰ ਚੱਲਣਗੇ ਪੰਜਾਬ ਦੇ ਵਿੱਚ ਇਹ ਜੀ ਖਾਲਸੇ ਦਾ ਰਾਜ ਆ ਗਿਆ ਤੁਹਾਡੇ ਰਾਜ ਨਾਲੋਂ ਅਸੀਂ ਇੱਥੇ ਉਦੋਂ ਚੰਗੇ ਆ ਸਾਨੂੰ ਨਹੀਂ ਜ਼ਰੂਰਤ ਹੈਗੀ ਤੁਹਾਡੇ ਰਾਜ ਦੀ ਠੀਕ ਹੈ ਐਸੀ ਬਾਹਰ ਵੀ ਇੱਧਰ ਵੀ ਰਹਨੇ ਆ ਇੱਥੇ ਵੀ ਸ਼ਾਂਤੀ ਚ ਰਹੀਦਾ ਠੀਕ ਹੈ ਤੁਸੀਂ ਤਾਂ ਬੰਦਿਆਂ ਨੂੰ ਜਿਆਦਾ ਪੂਰੇ ਕਹੋਗੇ ਸਿੱਖ ਜਿੰਨੇ ਵੀ ਹੈਗੇ ਅਮਰਦਾਸ਼ਾ ਕੋ ਤੇ ਫੇਰ ਸਾਡਾ ਜਿੰਨੇ Hindu ਆ ਲਾਲੇ ਆ ਰਬਦਾਸੀ ਇਹ ਹੋਰ ਵੀ ਮੁਸਲਮਾਨ ਇਹਨਾਂ ਦਾ ਫੇਰ ਰਹਿਣ ਦਾ ਕੋ ਕੰਮ ਹੀ ਨਹੀਂ ਰਿਹਾ ਇਹ ਵੀ ਫਿਰ ਬਣ ਜਾਣਗੇ ਤੁਹਾਡੇ ਵਰਗੇ ਹੈ ਆ ਬੰਦੇ ਆ ਦੀ ਸੋਚ ਹੈ ਜੀ ਮੈਂ ਤੁਸੀਂ ਕੋਈ ਵੱਖਰੀ ਦੁਨੀਆ ਤੋਂ ਆਏ ਹੋ ਆ ਬਈ ਇੱਥੇ ਦੁਨੀਆ ਦੇ ਵਿੱਚ ਬੰਦੇ ਹੋਰ ਪੈਦਾ ਨਹੀਂ ਹੋਏ ਹੈ 20 ਬਿਲੀਅਨ ਆਬਾਦੀ ਹੈ ਇਸ ਦੁਨੀਆ ਦੇ ਉੱਤੇ ਬੰਦੇ ਆnde ਜਾਂ ਕਿ ਤੁਸੀਂ ਇੱਕ ਵੱਖਰੇ ਜੀਵ ਕਿਸਮ ਦੇ ਆਏ ਹੋ ਦੁਨੀਆ ਦੇ ਉੱਤੇ ਹੈ ਜੇ ਸੱਚਖੰਡ ਵਿੱਚ ਤੁਸੀਂ ਜਾਣਾ ਐਨੇ ਬੰਦੇ ਹੋਰ ਰਹਿੰਦੇ ਨੇ ਉਹਨਾਂ ਨੇ ਨਹੀਂ ਜਾਣਾ ਹੈਗਾ ਜੇ ਸੱਚਖੰਡ ਵਿੱਚ ਸਾਨੂੰ ਸਾਰੀ ਕਾਲੀ ਪਈ ਉਹ ਜਾਣ ਸੀ ਉੱਤੇ ਵੀ ਅਸੀਂ ਉੱਤੇ ਜਾਵਾਂਗੇ ਬੜਾ ਕੁਸ ਮਿਲਣਾ ਸਾਨੂੰ ਪਰੀਆਂ ਮਿਲਣੀਆਂ ਹੂਰਾ ਮਿਲਣੀਆਂ ਆ ਜਿਹੜੀਆਂ ਮਿਲੀਆਂ ਇਹ ਤਾਂ ਸਾਨੂੰ ਸਾਹਮਣੇ ਨਹੀਂ ਹੁੰਦੀ ਇਹਨਾਂ ਦਾ ਪੱਟ ਕਾੜੇ ਬੱਚੰਗਾਰੇ ਕਾੜਦੇ ਤੇ ਬੰਦਿਆਂ ਦੇ ਤੇ ਉੱਤੇ ਜਾ ਕੇ ਚਾਰ ਚਾਰ ਫੋਰ ਲੈ ਲਓ ਤੁਸੀਂ ਤੇ ਅਸੀਂ ਇੱਥੇ ਠੀਕ ਆ ਕੋਈ ਗੱਲ ਨਹੀਂ ਸਾਨੂੰ ਕਾਲੀ ਨਹੀਂ ਪਈਓ ਸੱਚ ਖੰਡ ਦੀ ਤੁਸੀਂ ਚਲੇ ਜਾਓ ਜਾਂ ਜਿਹੜੇ ਪਹਿਲਾਂ ਗਏ ਉਹਨਾਂ ਤੁਹਾਨੂੰ ਟੈਲੀਗ੍ਰਾਮਾਂ ਭੇਜ ਦਿੱਤੀਆਂ ਹੁਣ ਵੀ ਅਸੀਂ ਇੱਥੇ ਪਹੁੰਚ ਗਏ ਤੁਸੀਂ ਆਜੋ ਕਿਰਪਾ ਨਾਲ ਲੈ ਕੇ ਆਉਣਾ ਤੁਸੀਂ ਗੇਟ ਸਾਡੇ ਤਾਂ ਖੁੱਲਣੇ ਆ ਅਸੀਂ ਕਰਪਾਣਾ ਨਾ ਅਪੋਰਟ ਨਹੀਂ ਸ਼ਕਿਓ ਨਹੀਂ ਕਹਾਂਗੇ ਸਾਡੇ ਕੋੜੇ ਪਾਇਓ ਸਾਡੇ ਗੇਟ ਬੰਦ ਹੋ ਜਾਣੇ ਹਾਂ ਆ ਸੋਚਾਂ ਵਿੱਚ ਬੈਠੇ ਹੈ ਅੱਜ ਮੇਨੂੰ ਮਾਰੇ 8 ਲੱਖ ਤੋਂ ਵੱਧ ਆਬਾਦੀ ਹੋਣੀ ਹੈ ਮਸਿੰਜਾ ਤੇ 25 30 ਬਿਰਿਆਂ ਬੰਦੇ ਦੀ ਹੋਣ ਵਾਲੀ ਆਬਾਦੀ ਆ ਉਹ ਜਾਨੀ ਕਿ ਬਿਨੈ ਤਮਾਕਤੂਆ ਬੰਦੇ ਹਾਂ ਉਹਦੇ ਤੁਰੇ ਫਿਰਦੇ ਨੇ ਕ੍ਰੈਚਰ ਐਨ ਨਾਈਸ ਬੰਦੇ ਨੇ ਐਡੀ ਇੰਡਸਟਰੀ ਲਾਈਓ ਕੋਈ ਥੀਰਾ ਫੇਰੀਂਗੇ ਕਰਦੇ ਹੈਗੇ ਹਾਂ ਬਾਰਵਾ ਤੁਸੀਂ ਉਹਨਾਂ ਵਾਲੀਆਂ ਕੰਟਰੀਆਂ ਦੇ ਵਿੱਚ ਆਉਨੇ ਇੱਥੇ ਫਿਰ ਰਹਿਣੇ ਆਣ ਕੇ ਫੇਰ ਫਿਰ ਚੰਗੇ ਲੱਗਦੇ ਤੁਹਾਨੂੰ ਤੁਹਾਡੇ ਕੋਲ ਆਪਣੇ ਕੋਈ ਨਹੀਂ ਬਣਦੀਆਂ ਵਧੀਆ ਕੰਟਰੀਆਂ ਇਹ ਪੰਜਾਬ ਨੂੰ ਅੱਗ ਲੱਗੀ ਉਹ ਥਾਲੇ ਨੂੰ ਕਿਉਂ ਨਹੀਂ ਬਣ ਰਾ ਇਹ ਹੂੰ ਤੁਹਾਡੀ ਜਿਹੜੀ ਗੈਰ ਤੋਂ ਮਰ ਚੁੱਕੀ ਆ ਰੇਸ਼ਵਦਾਂ ਤੇ ਰਹਿ ਗਈ ਜਾਂ ਹੀਰਾ ਫੇਰੀਆਂ ਤੇ ਰਹਿ ਗਈ ਕੋਈ ਕੰਟਰੀ ਹੈ ਨਹੀਂ ਕਿ ਜਿੱਥੇ ਪੰਜਾਬੀ ਇੰਡੀਅਨ ਬੰਦਾ ਬਾਹਰ ਨਾ ਹੋਵੇ ਹਾਂ ਤੇ ਤੁਹਾਡੇ ਆਪਣੀ ਫਿਰ ਕੰਟਰੀ ਦਾ ਫਾਇਦਾ ਕੀ ਹੋਇਆ ਇੱਥੇ ਦਾ ਬਣਾਈਦਾ ਇਹਨੂੰ ਤੇ ਤੁਹਾਨੂੰ ਲੀਡਰ ਚਾਹੀਏ, ਕੁਰਸੀਆਂ ਚਾਹੀਆਂ, ਉੱਚੀ-ਉੱਚੀਆਂ ਪਦਵੀਆਂ ਚਾਹੀਦੀਆਂ। ਕੰਮ ਤੁਸੀਂ ਡੱਖਾ ਨਹੀਂ ਆਉਂਦਾ। ਪੜ੍ਹੇ ਤੁਸੀਂ ਨਹੀਂ। 8ਵੀਂ ਤੀਜੀ ਜੋ ਤੁਸੀਂ ਹਟਿਓ ਆਂ ਹੈ ਤੇ ਰਾਜ ਤੁਸੀਂ ਕਰਨਾ ਸਾਡੇ ਉੱਤੇ ਅਨਪੜ੍ਹੇ ਹੈ। ਅੱਜ ਐਪੀ ਐਚ ਡੀ ਕੀਤੀਆਂ ਆਂ, ਚੰਗੇ-ਚੰਗੇ ਇੰਜੀਨੀਅਰ ਐ, ਡਾਕਟਰ ਐ, ਆ ਤੁਹਾਡਾ ਅਨਪੜ੍ਹ। ਅਨਪੜ੍ਹ ਦਾ ਰਾਜ ਹੋਵੇਗਾ। ਜਿਨ੍ਹਾਂ ਨੂੰ ਦਿਮਾਗ ਕੰਮ ਨਹੀਂ ਕਰਦਾ, ਚੌਥੀ ਵਿੱਚੋਂ ਹਟਿਓ ਆਂ ਹੈ। ਕਿਰਪਾ ਨਾਲ ਲੈ ਕੇ ਕੁਰਸੀ 'ਤੇ ਬਹਿ ਜਾਓਗੇ ਇੱਥੇ। ਇਹ ਨੂੰ ਆਉਦਾ ਨਹੀਂ ਤਾਂ ਇਹ ਨੂੰ ਨਹੀਂ ਤਾਂ ਇਹ ਨੂੰ ਨਹੀਂ ਤਾਂ ਇਹ ਨੂੰ ਨਹੀਂ ਤਾਂ ਜਿੱਦਾਂ ਦੀਆਂ ਤੁਹਾਡੀਆਂ ਪਾਰਟੀਆਂ ਬਣੀਆਂ ਹੈ ਹੈ ਇਹਨਾਂ ਨੇ ਚਲਾਣਾ ਆਪਣੇ ਸਿਸਟਮ ਤੁਸੀਂ ਚਲਾ ਲੈਣਾ ਤਾਂ ਬਹਿ ਜਾ ਰਹਾਂ ਦੇ ਨਾਲ ਜਾ ਕੇ ਇਹ ਪੁਰਾਣੀਆਂ ਸੋਚਾਂ 500 ਸਾਲ ਜਿਹੜੀ ਇਹ ਲਈ ਫਿਰ ਤੇ ਦਿਮਾਗ ਦੇ ਵਿੱਚ ਇਹਨੂੰ ਕੱਢ ਦਿਓ ਬਾਹਰ ਠੀਕ ਹੈ ਲੱਖਾਂ ਹੀ ਸਾਲ ਤੋਂ ਤੁਹਾਡੀ ਕੰਟਰੀ ਪਿੱਛੇ ਜਾ ਰਹੀ ਹੈ ਇਧਰ ਨਾਲੋਂ ਨਾ ਤੁਹਾਨੂੰ ਕੋਈ ਪਤਾ ਸਿਸਟਮ ਕਿਦਾਂ ਚਲਾਉਣਾ ਨਾ ਸਾਡੇ ਸਰਪੰਚ ਨੂੰ ਪਤਾ ਕਿਦਾਂ ਚਲਾਉਣਾ ਹੂੰ ਧੁਰਾ ਹੁੰਦਾ ਸਰਪੰਚ ਬਾਅਦ ਚ ਪਾਉਂਗਾ ਇਹਨਾਂ ਤੇ ਵੀਡੀਓ ਕਿਸ ਤਰ੍ਹਾਂ ਦੀ ਇਹਨਾਂ ਦੀ ਵੀ ਮੈਂ ਚੰਗੀ ਤਰ੍ਹਾਂ ਰੀਲ ਬਣਾਉਣੀ ਠੀਕ ਹੈ ਕਿ ਨਹੀਂ ਆਹ ਕੰਮ ਹੁੰਦੇ ਆ ਲੈ ਵੀ ਮੁੰਡਿਆ account ਨੰਬਰ ਸ਼ੋ ਕਰ ਜਰਾ ਜਿਹੜੇ ਕਹਿੰਦੇ ਆਣ ਕੋਲੀ ਤੁਹਾਡੀ ਹੈਲਪ ਕਰੋਗੇ ਫਲਾਣਾ ਐਦਾਂ ਦਾ ਸਾਨੂੰ ਦੱਸਿਓ ਇੱਥੇ ਕਰੋ ਜਿڑا ਕਹੋਂ ਪਤਾ ਲੱਗੇ ਡੈੱਡ ਸੂਰਮਿਆਂ ਦਾ ਤੁਹਾਡੇਆਂ ਦਾ ਆਕਰ ਕਾਊਂਟ ਨੰਬਰ ਸ਼ੋ ਤੇ ਆਪਣਾ ਅਕਾਊਂਟ ਇੰਡੀਆ ਦਾ ਮੁੰਡਿਆ ਉਹ ਵੀ ਦੇ ਦੇ ਜੇ ਕੋਈ ਇੰਡੀਆ ਦੇ ਵਿੱਚ ਵੀ ਤੇਰੀ ਹੈਲਪ ਕਰਨਾ ਚਾਵੇ ਲਓ ਜੀ ਆਹ ਕਾਊਂਟ ਨੰਬਰ ਦੇ ਦਿੱਤੇ ਆ ਤੇ ਦੇਖਦੇ ਕਿਹੜੇ ਸੂਰਮੇ ਆ ਹੈਲਪ ਕਰਦੇ ਆ ਪੰਜਾਬ ਦਾ ਬੜਾ ਤੇ ਹੈ ਨਾ ਮੋ ਇੱਥੇ ਜਰਮਨੀ ਵਿੱਚ ਬਹੁਤ ਪਰੌਣੋਂ ਪੈ ਰਹੀ ਆ ਆ ਦੇਖੋ ਜੀ ਅਈ ਰਹਿਪੇ ਪਾਠ ਕਰਨ ਆਏ ਆ ਜੀ ਆਹ ਦੇਖੋ ਪਾਠੀਆਂ ਦੀ ਰਹਿਸ ਦੇਖੋ ਜੀ ਕਿੰਨੀ ਵਹਿਤਰ ਰਹਿਸ ਆ ਕਿੰਨਾ ਵਧੀਆ ਦੇਖੋ ਰੈਸ ਆ ਪਾਠੀ ਪਏ ਨੇ ਦੇਖੋ ਇੱਕ ਖੜਾ ਜੀ ਇੱਕ ਉਹ ਬੈਠਾ ਜੀ ਆ ਦੇਖੋ ਇੱਕ ਉਹ ਲੰਮਾ ਪਿਆ ਦੇਖੋ ਜੀ ਕਿੰਨੀ ਸੋਹਣੀ ਰੈਸ ਕਿੰਨੀ ਪਾਠੀਆਂ ਦੀ ਕੇਰ ਦੇਖੋ ਕਿੰਨਾ ਵਧੀਆ ਵਸਤਰੇ ਲੱਗੇ ਐਨੇ ਨਿਆਰੇ ਸਾਨੂੰ ਕਦੇ ਨਹੀਂ ਮੰਨੇ ਰੇਪੇ ਗੁਰਦੁਆਰੇ ਆ ਜੀ ਆ ਦੇਖੋ ਜੀ ਕਿੰਨੀਆਂ ਦਰੀਆਂ ਵਧੀਆ ਲੱਗੀਆਂ ਦੇਖੋ ਜੀ ਆਹ ਦੇਖੋ ਸਾਡਾ ਪਾਠੀ ਸਿੰਘ ਜੀ ਆਹ ਦੇਖੋ ਜੀ ਕਿੰਨੀ ਸੋਹਣੀ ਰੈਸ ਦੇਖੋ ਜੀ ਆਹ ਦੇਖੋ ਕੀ ਕਰੀਏ ਜੀ ਦੱਸੋ ਕੀ ਜ਼ਿੰਦਗੀ ਆ ਪਾਠੀਆਂ ਦੀ ਹੈ ਇਹਦੂ ਤਾਂ ਦਿਹਾੜੀ ਕਰ ਲਵੇ ਪਾਠੀ ਉਹ ਨਹੀਂ ਵਧੀਆ ਜੀ ਦੇਖੋ ਆਏ ਹਾਏ ਉਹ ਤੁਹਾਡਾ ਪੜਾ ਹੋ ਜਾ ਭਾ ਦੇਣਾ ਇਹਦੇ ਤੇ ਸਾਪ ਆ ਜੇ ਫੇਰ ਕੀ ਕਰਨ ਪਾਠੀ ਓਹ ਹੋਰ ਤੁਹਾਡਾ ਉਹ ਪਾਠੀ ਨੂੰ ਕਹਿੰਦੇ ਸ্নান ਕਰਕੇ ਬੈਠੋ ਤੂੜੀ ਚ ਪਲੌਣਾ ਦੇਖੋ ਇੱਥੇ ਪੈਣਾ ਤੇ ਪਾਠੀ ਕੀ ਕਰਨ ਵਿਚਾਰੇ ਸ্নান ਤਾਂ ਬਾਕੀ ਕਰਨਾ ਪਊਗਾ ਇੱਥੇ ਖਾਦੀ ਪੋਣੀ ਹੈ ਦੇਖੋ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਆਹ ਦੇਖੋ ਜੀ ਪਾਠੀ ਸਿੰਘਾ ਦੀ ਰੈਸ ਦੇਖੋ ਜੀ ਇਹ ਨਵੇਂ ਸ਼ਹਿਰ ਦੇ ਵਿੱਚ ਰੈਪ ਬਾਬੀ ਦੱਸੋ ਨਵੇਂ ਸ਼ਹਿਰ ਤੋਂ ਰੈਪ ਪਾਪਾ ਜੀ ਕੀ ਪਾਰਟੀਆਂ ਦੇ ਰਾਇਸ਼ ਆ ਫਿਰ ਪਾਰਟੀਆਂ ਨੂੰ ਕਹਿੰਦੇ ਨੇ ਕਿ ਅਸੀਂ ਇਸ਼ਾਨਾਨ ਕਰੋ ਕਿ ਸੌਦਾ ਦੇਖੋ ਪਾਰਟੀਆਂ ਨੂੰ ਕਿੰਨੀ ਇਨਾਕ ਦਿੱਤੀ ਐ ਹਾਂਜੀ ਹੋਰ ਕਹਿਣਾ ਕੁਝ ਚਾਹੁੰਦੇ ਆ ਬਾਬਾ ਜੀ ਤੁਸੀਂ ਹੋਰ ਕੀ ਕਹਿਣਾ ਦੇਖੋ ਮੈਂ ਤਾਂ ਕਹਿੰਦਾ ਵਾਰ ਤੋਂ ਵਾਰ ਸ਼ੇਅਰ ਕਰੋ ਕਿ ਪਾਰਟੀਆਂ ਦੀ ਕਿੰਨੀ ਸੇਵਾ ਹੋ ਰਹੀ ਐ ਸੰਭਾਲ ਹੋ ਰਹੀ ਐ ਅੱਛਾ ਜੀ ਆ ਦੇਖੋ ਜੀ ਦੇਖੋ ਹਾਂਜੀ ਬਾਬੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਬੋਲੋ ਬੋਲੋ ਪਟਸਿਕਾ ਨੂੰ ਗੁਰੂ ਸਾਹਿਬ ਦਾ ਵਜ਼ੀਰ ਕਿਹਾ ਜਾਂਦਾ ਐ ਤੇ ਦੇਖ ਲਓ ਗੁਰੂ ਸਾਹਿਬ ਦੇ ਵਜ਼ੀਰਾਂ ਦਾ ਕੀ ਹਾਲ ਹੋ ਰਿਹਾ ਇੱਥੇ ਤੁਸੀਂ ਆ ਵੀ ਦੇਖ ਲਓ ਇਨੇ ਉੱਚ ਕੁਲਵੀ ਦੇ ਮਾਲਕ ਹੈ ਪਾਠੀ ਸਿੰਘ ਤੇ ਉਹਨਾਂ ਦਾ ਇਹ ਹਾਲ ਹੋ ਰਿਹਾ ਹੈ ਲੜੀਆਂ ਦੇ ਵਿੱਚ ਹਲੋ ਤੇ ਬਾਕੀ ਵੀ ਆਪ ਵੀ ਵੇਖ ਲੋ ਜੀ ਕਿੰਨਾ ਸਤਕਾਰ ਨਾਲ ਆਪਾਂ ਪਾਸ ਕਰਾਉਂਦੇ ਆ ਤੇ ਕਹਿੰਦੇ ਆ ਕਿ ਸਤਕਾਰ ਪੂਰਾ ਚਾਹੀਦਾ ਹੈ ਪਾਸਾ ਵਿੱਚ ਹਾਂਜੀ ਮਰਿਆਦਾ ਪੂਰੀ ਚਾਹੀਦੀ ਹੈ ਤੇ ਆਪ ਦੇਖ ਲੋ ਜੀ ਕਿੰਨਾ ਸਤਕਾਰ ਤੇ ਕਿੰਨੀ ਮਰਿਆਦਾ ਪਾਠੀ ਨਾਲ ਵਰਤੀ ਜਾਂਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਪੂਰੇ ਪੰਜਾਬੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਟੈਕਨੋਲੋਜੀ ਮਨ ਜਰਮਣੀ ਤੋਂ ਆਹ ਵੀਡੀਓ ਤੁਸੀਂ ਪੂਰੀ ਦੇਖੀ ਹੋਣੀ ਆ ਆਪਣੇ ਪਾਠੀ ਸਾਹਿਬ ਨੇ ਤੇ ਇਹ ਗੁਰਦੁਆਰੇ ਦੇ ਵਿੱਚ ਆਪਣੇ ਉੱਥੇ ਰੈਪਾ ਪਿੰਡ ਹੈ ਉੱਥੇ ਪਾਠ ਕਰਨ ਗਏ ਸੀ ਤੇ ਸਾਨੂੰ ਪਾਠ ਕਰਕੇ ਕਹਿੰਦੇ ਤੁਸੀਂ ਸੱਚਖੰਡ ਜਾਣਾ ਹੈ ਤੇ ਇਹਨਾਂ ਦੇ ਆਪਣੇ ਹਾਲਾਤ ਤੁਸੀਂ ਦੇਖੇ ਆ ਵੀ ਐ ਬੰਦੇ ਸਾਨੂੰ ਸੱਚਖੰਡ ਵਿੱਚ ਲੈ ਕੇ ਜਾਣਗੇ ਜਿਹੜੇ ਆਪ ਆ ਖੂਰੀਆਂ ਦੇ ਉੱਤੇ ਸੁੱਤੇ ਪਏ ਨੇ ਇਹਨਾਂ ਨੂੰ ਮੰਝਾ ਨਸੀਬ ਨੇ ਇਹ ਧੰਨ ਜਿਗਰਾ ਸਾਡਾ ਸੰਤਾਂ ਗਰੀਬ ਬੰਦੇ ਨੂੰ ਵੀ ਮੰਜਾ ਨਸੀਬ ਹੈਗਾ ਤੇ ਉਹ ਤਾਂ ਮੰਜੇ ਹੀ ਨਹੀਂ ਮਲੇ ਹੈਗੇ ਤੇ ਆ ਦੇਖੋ ਕਦਾ 25 30 ਜਾਨੇ ਬੈਠਿਆ ਖੋਰੀਆਂ ਕਮਾਦੀ ਦੀਆਂ ਜਿਹੜੇ ਹੁੰਦੇ ਆ ਉਹ ਖੋਰੀਆਂ ਉਹਦੇ ਉੱਤੇ ਚਾਦਵਾ ਮਿਛਾ ਕੇ ਬੈਠੇ ਨੇ ਤੇ ਗੁਰਦੁਆਰੇ ਪਾਠ ਕਰਨ ਆਏ ਨੇ ਤੇ ਸਾਨੂੰ ਕਹਿੰਦੇ ਅਸੀਂ ਸੱਚ ਖੰਡ ਲੈ ਕੇ ਜਾਈਦੇ ਬੰਦੇ ਜੇ ਤੁਸੀਂ ਪਾਠ ਫੂਟ ਕਰਨ ਆਉਂਦੇ ਹੋਣਗੇ ਤੁਹਾਨੂੰ ਤੇ ਤੁਸੀਂ ਪਹੁੰਚੋਗੇ ਉੱਥੇ ਤੇ ਇਹ ਏ ਬੰਦੇ ਸੱਚਖੰਡ ਜਾਣ ਵਾਲੇ ਆ ਆਹ ਇਹਨਾਂ ਦੇ ਇੱਥੇ ਹਾਲਾਤ ਦੇਖੋ ਕੀ ਨੇ ਤੇ ਸੱਚਖੰਡ ਵਿੱਚ ਇਹਨਾਂ ਦੇ ਕੀ ਹਾਲਾਤ ਹੋਣਗੇ ਹੂੰ ਤੁਹਾਡੇ ਸਾਹਮਣੇ ਆ ਮੈਂ ਝੂਠ ਤਾਂ ਬੋਲਦਾ ਨਹੀਂਗਾ ਕਈਆਂ ਬੰਦਿਆਂ ਨੂੰ ਬੜੀ ਪਰਾਉਣ ਨੂੰ ਪੈਣੀ ਆ ਤੁਸੀਂ ਬਾਅਦ ਚ ਆਇਓ ਮੈਂ ਤੁਹਾਡੀ ਪੂਰੀ ਤਸਦੀਕ ਕਰਾਉਂਗਾ ਇਸ ਵੀਡੀਓ ਦੇ ਵਿੱਚ ਇਹ ਵੀਡੀਓ ਬਹੁਤ ਜ਼ਬਰਦਸਤ ਆਊਗੀ ਠੀਕ ਨੇ ਤੇ ਆਹ ਬੰਦੇ ਤੁਸੀਂ ਦੇਖੋ ਆ ਸਾਨੂੰ ਸੱਚ ਖਾਂਡ ਲੈ ਕੇ ਜਾਣਾ ਇਹਨਾਂ ਨੇ ਤੇ ਆਪ ਆ ਖੂਰੀਆਂ ਉੱਤੇ ਸੁੱਤੇ ਪੈਣ ਹਾਲਾਤ ਤੁਹਾਡੇ ਸਾਹਮਣੇ ਆ ਤੇ ਮੈਂ ਕੋਲੋਂ ਤਾਂ ਕੰਮ ਨਹੀਂ ਕਰਦਾ ਤੇ ਆ ਦੂਜੀ ਮੁੰਡਿਆ ਵੀਡੀਓ ਲਾਜਾ ਰਾਂ ਕਿਹ ਘੋਰ ਆ ਗਏ ਜੀ ਆ ਦੇਖੋ ਕਿਰਪਾਣਾਂ ਨਾਲ ਬੱਡ ਟੱਕ ਹੋ ਰਹੀ ਹੈ ਇਹਨਾਂ ਬੰਦਿਆਂ ਦੀ ਉਦਾਂ ਤਾਂ ਸਿੰਘ ਸਿੰਘ ਭਰਾ ਹੁੰਦੇ ਨੇ ਆਪਸ ਦੇ ਵਿੱਚ ਇੱਕਠੇ ਹੋ ਕੇ ਰਹਿਣਾ ਹੈ ਆ ਇਕੱਠੇ ਦੇਖ ਲਓ ਤੁਹਾਡੇ ਸਾਹਮਣੇ ਇਕੱਠੇ ਹੋ ਗਏ ਉਦਾਂ ਕਹਿੰਦਾ ਸਾਨੂੰ ਵੱਖਰੇ ਦੇਸ਼ ਚਾਹੀਦੇ ਵੱਖਰੀ ਕੰਟਰੀ ਚਾਹੀਦੀ ਹੈ ਜੇ ਇੱਕ ਪਿੰਡ ਵਿੱਚ ਇੱਕ ਗੁਰਦੁਆਰੇ ਵਿੱਚ ਰਹਿ ਨਹੀਂ ਸਕਦੇ ਤੇ ਕੰਟਰੀਆਂ ਇਹਨਾਂ ਨੂੰ ਵੱਖਰੀਆਂ ਚਾਹੀਦੀਆਂ ਆ ਦੇਖੋ ਕਰਪਾਨਾ ਚੱਕੀਆਂ ਆ ਬਰਡ ਬਣਾਗੇ ਹੋ ਰਹੇ ਨੇ ਇਹਨਾਂ ਦੇ ਹਾਲਾਤ ਦੇਖ ਲਓ ਠੀਕ ਹੈ ਤੁਹਾਡੇ ਸਾਹਮਣੇ ਹੋ ਰਿਹਾ ਉਹ ਨਾ ਕੰਮ ਆ ਇਹਨਾਂ ਬੰਦਿਆਂ ਨੇ ਜਾਨੀ ਕਿ ਨਵੀਆਂ ਕੰਟਰੀਆਂ ਬਣਾ ਕੇ ਤੇ ਸਾਨੂੰ ਇਹਨਾਂ ਨੇ ਆਪਣੀ ਕੰਟਰੀ ਵਿੱਚ ਇਸ ਤਰ੍ਹਾਂ ਰੱਖਣਾ ਹੂੰ ਤੇ ਇੱਕ ਵੀਡੀਓ ਆਲਾ ਮੁੰਡਿਆ ਤੇ ਵੀਡੀਓ ਨਹੀਂ ਉਦਾਂ ਹੀ ਆ ਕੋਈ ਚੈੱਕ ਕਰਨੇ ਇਹ ਕੋਈ ਮੁੰਡਾ ਨੰਬਰ ਤਪਾਲ ਕਰਕੇ ਕਹਿੰਦੇ ਦਬਈ ਤੋਂ ਆਇਆ ਇਹ ਇਹ ਉਤੋਂ ਕੰਮ ਕੰਮ ਕਰਦਾ 12 ਸਾਲ ਕਹਿੰਦੇ ਰਹੇ ਇੱਥੇ ਆ ਗਿਆ ਤੇ ਇੱਥੇ ਆ ਕੇ ਇਹ ਬੰਦਾ ਯਾਨੀ ਕਿ ਕਹਿੰਦੇ ਆ ਅਵਤਾਰ ਸ਼ਾਪਾਓ ਸ਼ਕਣਿਆ ਸਿੰਘ ਸਿੰਘ ਬਣਾਉਣੇ ਬੰਦਿਆਂ ਨੂੰ ਇਹਨੂੰ 12 ਸਾਲਾਂ ਵਿੱਚ ਚੇਤਾ ਆਇਆ ਉੱਥੇ ਜਾ ਕੇ ਹੁਣ ਕਈਆਂ ਬੰਦਿਆਂ ਦੇ ਦੁੱਖ ਬਹੁਤ ਤਕਲੀਫਾਂ ਹੋਈਆਂ ਮੇਰੇ ਜਿਹੜੇ ਮੇਰੇ ਸਬਸਕ੍ਰਾਈਬਰ ਹੋ ਜਾ ਸਕਦੇ ਕੋਈ ਗੱਲ ਠੀਕ ਨੇ ਮੈਨੂੰ ਕੋਈ ਡਰ ਡੂਰ ਨਹੀਂ ਮਾਰਿਆ ਤੇ ਨਾ ਤੁਹਾਡੀ ਮੈਨੂੰ ਜ਼ਰੂਰਤ ਹੈ ਠੀਕ ਹੈ ਨੇ ਤੇ ਓਲਡ ਹੌਰਸ ਆ ਗਿਆ ਨੇ ਜੇ ਤੁਹਾਨੂੰ ਉਹ ਵਾਚ ਚੰਗਾ ਲੱਗਦਾ ਉਹਦੀ ਮਾਤ ਕਰੋ ਮੈਂ ਇਹ ਨਹੀਂ ਕਹਣਾ ਵੀ ਤੁਸੀਂ ਮੇਰੀਆਂ ਵੀਡੀਓ ਦੇਖੋ ਜੇ ਉਹ ਚੰਗਾ ਲੱਗ ਉਹਦੀਆਂ ਦੇਖੋ ਜੇ ਮੇਰੀਆਂ ਚੰਗੀਆਂ ਲੱਗਦੀਆਂ ਮੇਰੀਆਂ ਦੇਖਿਆ ਕਰੋ ਮੈਂ ਜੋ ਗੱਲ ਕਰਨੀ ਖਲਾਰੇ ਬਾ ਪਾਉਣੇ ਆ ਐਸ ਵੀਡੀਓ ਬਚੇ ਇਦਾਂ ਦੀ ਵੀਡੀਓ ਕੱਢਣੀ ਹਨਾ ਪੂਰਾ ਤੱਕ ਪਾਉਗੀ ਟੁਕਾ ਕੇ ਇਹ ਦਬਈ ਤੋਂ ਆਇਆ ਬੰਦਾ ਇਹਨੂੰ ਪਤਾ ਮੈਨੂੰ ਕੋਈ ਪਤਾ ਨਹੀਂ ਜੀ ਪਾਰਟੀਆਂ ਬੋਟੀਆਂ ਦਾ ਕੀ ਹਿਸਾਬ ਕਿਤਾਬ ਹੈ ਇੱਥੇ ਇਹਨੂੰ ਲਿਆਂਦਾ ਤੇ ਇਹ ਆਇਆ ਤੇ ਇਹਨੂੰ ਪਾਰਟੀ ਦਾ ਜਣ ਕੇ ਕੀ ਕਹਿੰਦੇ ਹੁੰਦੇ ਚੀਫ ਬਣਾ ਦਿੱਤਾ ਤੇ ਇਹੋ ਜਿਹੇ ਬੰਦੇ ਆ ਉਹ ਉੱਥੇ ਕੰਮਕਮ ਕਰਦਾ ਹੋਊਗਾ ਪਤਾ ਨਹੀਂ ਕਿੱਦਾਂ ਇਹਨਾਂ ਦੇ ਕੰਟਰੈਕਟ ਹੋ ਜਾਂਦੇ ਨੇ ਇਹਨਾਂ ਬੰਦਿਆਂ ਦੇ ਚੀਫ ਬਣ ਜਾਂਦੇ ਨੇ ਆਣ ਕੇ ਪਾਰਟੀਆਂ ਦੇ ਠੀਕ ਆ ਕਿ ਨਹੀਂ ਤੇ ਇਹਨੂੰ ਪਾਰਟੀ ਦਾ ਬਣਾਇਆਗਾ ਚੀਫ ਤੇ ਇਹ ਇੰਡੀਆ ਆਇਆ ਹੁਣ ਤੇ ਇਹ ਕਹਦਾ ਅੰਮ੍ਰਿਤ ਸਿਕਾਉਣੇ ਆ ਤੇ ਆਪ ਨੂੰ ਸਿੰਘ ਬਣਾਉਣੇ ਠੀਕ ਹੈ ਕਿ ਨਹੀਂ ਤੇ ਮੈਨੂੰ ਇਹ ਦੱਸੇ ਵੀ ਜੇ ਅੰਮ੍ਰਿਤ ਤੁਸੀਂ ਸਿਕਾਉਣੇ ਆ ਸਿੰਘ ਬਣਾਉਣੇ ਆ ਤੇ ਇਹ ਵੀ ਨਾਲ ਕਹਦੇ ਭਾਈ ਸਾਹਿਬ ਜੀ ਸਿੰਘ ਤੁਸੀਂ ਜਰੂਰ ਬਣ ਜਾਓ ਪਰ ਅਸੀਂ ਰੱਖਣੇ ਨਹੀਂ ਗੇ ਜਿੱਦਾਂ ਦੇ ਅਸੀਂ ਆਪ ਹੈਗੇ ਆ ਅਸੀਂ ਨਾਂ ਰਗਰੇਟਿਆਂ ਨੂੰ ਰੱਖਣਾ ਨਾ ਮਾਜ ਵੀ ਸਿੱਖਾਂ ਨੂੰ ਰੱਖਣਾ ਨਾ ਹੋਰ ਕਿਸੇ ਨੂੰ ਰੱਖਣਾ ਆਪਣੇ ਨਾਲ ਨਹੀਂ ਰਣਾਉਣੇ ਹੈਗੇ ਬਾਟੇ ਬੂਟੇ ਤੁਹਾਡੇ ਵੱਖਰੇ ਰਹਿਣਗੇ ਇਹ ਵੀ ਨਾਲ ਕਹਦੇ ਇਹਨਾਂ ਨੂੰ ਬਾਣ ਤੁਸੀਂ ਜ਼ਰੂਰ ਜਾਵੋ ਪਰ ਰੋਗੇ ਉਦਾਂ ਦੇ ਜਿੱਦਾਂ ਦੇ ਤੁਸੀਂ ਪਹਿਲਾਂ ਹੈਗੇ ਸੀ ਤੁਹਾਨੂੰ ਨਾਲ ਨਹੀਂ ਅਸੀਂ ਰੱਖਦੇ ਇਹ ਵੀ ਨਾਲ ਕਹਿਣਾ ਪੈਣਾ ਤੁਹਾਨੂੰ ਤੁਹ ਫਿਰ ਇਹਨਾਂ ਨੂੰ ਹੰਬਰਤ ਸਕਾਈਂ ਬਾਤ ਦੇ ਵਿੱਚ ਠੀਕ ਹੈ ਕਰਨ ਤੇ ਉਹ ਜਿਹੜੇ ਪਹਿਲੇ ਰੰਗਰੇਟੇ ਸਿੰਘ ਬਣਿਓ ਮਾਜ ਵੀ ਸਿੱਖ ਬਣਿਓ ਉਹਨਾਂ ਦਾ ਤਾਂ ਮੰਨਦੇ ਕੋਈ ਨਹੀਂ ਕਿ ਹੈਗੇ ਅੱਜ ਤੱਕ ਮੇ ਸਾਡੇ ਸਿੱਖ ਭਰਾ ਆ ਸਾਡੇ ਨਾਲ ਦੇ ਨੇ ਜਿੱਥੇ ਸਾਡੇ ਲੰਗਰ ਚੱਲਦੇ ਨੇ ਉੱਥੇ ਇਹਨਾਂ ਦੇ ਚੱਲਣਗੇ ਏ ਵੀ ਖਾ ਪੀ ਸਕਦੇ ਨੇ ਸਾਡੇ ਨਾਲ ਬੈਠ ਕੇ ਉਹਨਾਂ ਨੂੰ ਤੁਸੀਂ ਅੱਜ ਤੱਕ ਮੰਨਦੇ ਐ ਕੋਈ ਨਹੀਂਗਾ ਤੇ ਨਾਲੇ ਕਹਿੰਦੇ ਸੀ ਸਿੱਖ ਇਕੱਠੇ ਇਕੱਠੇ ਹੁੰਨੇ ਆ ਭਰਾ ਭਰਾ ਆ ਜਦੋਂ ਅੰਮ੍ਰਿਤ ਛਕ ਲਿਆ ਸਾਰੇ ਇਕੱਠੇ ਆ ਤੇ ਪਹਿਲਾਂ ਉਹ ਵੀ ਮਨਾਣਾ ਜਿਹੜੇ ਹੈਗੇ ਨੇ ਵੀ ਅਸੀਂ ਇਹਨਾਂ ਨੂੰ ਵੀ ਮੰਨਦੇ ਆ ਨਾਲ ਫੇਰ ਜੀ ਸਾਧਕੇ ਇਹਨਾਂ ਨੂੰ ਅੰਮ੍ਰਿਤ ਛਕਾ ਠੀਕ ਹੈ ਜੇ ਇਹਨਾਂ ਨੂੰ ਨਹੀਂ ਮੰਨਣਾ ਇਹਨਾਂ ਨੂੰ ਇਦਾਂ ਦੇ ਰੱਖਣਾ ਇਹਨਾਂ ਨੂੰ ਜਿੱਦਾਂ ਦੀ ਤੁਹਾਡੀ ਸੋਚ ਹੈ ਉਸੇ ਤਰ੍ਹਾਂ ਰੱਖਣਾ ਇਹਨਾਂ ਬੰਦਿਆਂ ਨੂੰ ਵਰਨ ਉਸ ਸਿਖਾਉਣ ਦੀ ਜ਼ਰੂਰਤ ਕੋਈ ਨਹੀਂ ਗੀ ਫਿਰ ਚੁੱਪ ਚਾਪ ਬਹਿ ਜਾ ਆਰਾਮ ਦੇ ਨਾਲ ਠੀਕ ਹੈ ਕਿ ਨਹੀਂ ਤੇਰੀ ਵੀ ਕੋਈ ਲੋੜ ਹੈ ਨਹੀਂ ਗੀ ਸਿੱਖ ਜਦੋਂ ਬਣ ਗਿਆ ਤਾਂ ਫਿਰ ਸਿੱਖ ਹੀ ਰਹੂਗਾ ਤੇ ਅਮਰਤ ਸ਼ਾਕ ਲਿਆ ਤੇ ਉਹ ਇੱਕੋ ਜਿਹਾ ਹੋ ਜਾਏਗਾ ਠੀਕ ਹੈ ਕਿ ਨਹੀਂ ਜੇ ਤੁਸੀਂ ਇਹਨਾਂ ਦੇ ਨਾਲ ਉਹੀ ਹਰਕਤਾਂ ਕਰਨੀਆਂ ਤੇ ਸਾਡੇ ਸਿੱਖ ਹੀ ਹਨੀ ਗੀ ਇਹਦਾ ਮਾਜਬੀ ਸਿੱਖ ਹੋ ਆ ਉਹਨੇ ਗੁਰਦੁਆਰੇ ਵੱਖਰੇ ਆ ਆਇਆ ਫੇਰ ਤਾਂ ਸੁਣ ਨਾ ਫਰਜ਼ਾ ਕਰਦੇ ਇਹਨੂੰ ਫੇਰ ਤਾਂ ਇਨਸਾਨ ਸਮਝ ਤੇ ਹੀ ਕੋਈ ਨਹੀਂ ਗਾ ਤੁਸੀਂ ਫੇਰ ਤਾਂ ਗਲੂੜ ਹੀ ਕੋਈ ਨਹੀਂ ਹੈਗੀ ਠੀਕ ਨੇ ਤੇ ਦੂਜੀ ਗੱਲ ਇਹ ਆ ਹੁਣ ਖਲਾਰੇ ਦਾ ਪੇਜ ਜਿਹਨੇ ਪੈਂਦੇ ਪੇਜਨ ਕੋਈ ਚੱਕਰ ਨਹੀਂ ਤੇ ਬਾਕੀ ਇਹ ਬੰਦਾ ਆਇਆ ਉੱਥੋਂ ਚਲੋ ਦਵਾਈ ਤੋਂ ਆਇਆ ਠੀਕ ਹੈ ਮੈਨੂੰ ਇਹਨਾਂ ਨਹੀਂ ਗਾ ਪਤਾ ਹੈਗਾ ਤੁਹਾਨੂੰ ਥੋੜੀ ਬਹੁਤੀ ਗੱਲ ਕਰਨੀ ਪੈਂਦੀ ਹੈ ਵੇ ਅੰਮ੍ਰਿਤ ਸ਼ਰਗੋ ਤੁਸੀਂ ਠੀਕ ਹੈ ਕਿ ਨਹੀਂ ਗੁਰੂ ਦੇ ਲੜ ਲੱਗੋ ਭਾਈ ਸਾਹਿਬ ਮੈਨੂੰ ਇਹ ਦੱਸੋ ਅਸੀਂ ਗੁਰੂ ਦੇ ਲੜ ਲੱਗਦੇ ਹਾਂ ਸਾਰੇ ਬੰਦੇ ਮੰਨਦੇ ਆ ਵੇ ਤੁਸੀਂ ਕਿਉਂ ਨਹੀਂ ਮੰਨਦੇ ਹੈਗੇ ਤੁਸੀਂ ਫਿਰ ਨਫ਼ਰਤ ਕਿਉਂ ਕਰਦੇ ਇਹਨਾਂ ਬੰਦਿਆਂ ਨੂੰ ਅੰਮ੍ਰਿਤ ਜੋ ਸ਼ਾਕ ਲਿਆ ਤੇ ਫਿਰ ਨਫ਼ਰਤ ਨਾ ਨਾ ਕਰੋ ਫਿਰ ਦੂਜੀ ਗੱਲ ਇਹ ਆ ਜਾਂਦੀ ਆ ਹੁਣ ਜਿਹੜਾ ਜ਼ਮਾਨਾ ਆ ਉਹ ਆਪਣੇ ਬਹੁਤ ਅੱਗੇ ਆ ਰਿਹਾ ਐਡਵਾਂਸ ਆ ਰਿਹਾ ਤੇ ਇਹਨਾਂ ਦੀ ਸੋਚ ਆ ਪੁਰਾਣੀ ਆ ਉੱਥੇ ਪੰਜ ਸਾਲ 600 ਸਾਲ ਪੁਰਾਣੀ ਉੱਥੇ ਬੈਠੇ ਆ ਜਿੱਥੇ ਹੈਗੇ ਆ ਹੁਣ ਤੁਸੀਂ ਮੈਂ ਇਹ ਕਹਿਣਾ ਵੀ ਜਦੋਂ ਆਪਾਂ ਹਨ ਅਸੀਂ ਇਕੱਠੇ ਸਾਰੇ ਸਿੱਖ ਇਕੱਠੇ ਆ ਮੰਮਤਾ ਸ਼ਾਗਰ ਸਾਰੇ ਇਕੱਠੇ ਆ ਫਿਰ ਇੱਕ ਸੋਚ ਹੋਣੀ ਚਾਹੀਦੀ ਆ ਪਾਰਟੀਆਂ ਵੱਖਰੀਆਂ ਨਹੀਂ ਹੋਣੀਆਂ ਚਾਹੀਦੀਆਂ ਤੁਹਾਡੀਆਂ 50 60 ਪਾਰਟੀਆਂ ਹੋਣੀਆਂ ਘੱਟੋ ਘੱਟ ਠੀਕ ਆ ਕਰਨੇ ਸਾਨੂੰ ਤਾਂ ਗੁਰੂ ਜੀ ਇਹ ਕਹਿ ਗਏ ਕਿ ਇੱਕੋ ਹੀ ਰਹਿਣਾ ਤੁਸੀਂ ਇੱਕੋ ਹੀ ਸਾਡਾ ਬਲੱਡ ਹੈ ਇੱਕੋ ਹੀ ਸਾਡੀ ਸੋਚ ਹੈ ਇਕੱਠਿਆਂ ਦੇ ਰਹਿਣਾ ਠੀਕ ਨੇ ਇਕੱਠੇ ਤੁਸੀਂ ਰਹਿੰਦੇ ਕੋਈ ਨਹੀਂ ਜੀ ਚਲੋ ਉਸ ਟਾਈਮ ਦਿੱਤੇ ਆਪਾਂ ਕੁਰਬਾਨੀਆਂ ਕਰਬੋਨਾ ਪਾਈਆਂ ਲੜਾਈਆਂ ਲੜੀਆਂ ਵੈਰੀ ਗੁੱਡ ਬਹੁਤ ਕੁਰਬਾਨੀਆਂ ਦਿੱਤੀਆਂ ਸਿੱਖਾਂ ਨੇ ਮੈਂ ਮੰਨਦਾ ਨੇ ਗਾਣੇ ਬੜੀਆਂ ਕੁਰਬਾਨੀਆਂ ਦਿੱਤੀਆਂ ਠੀਕ ਨੇ ਤੇ ਮਸਲਾ ਇਹ ਬਣ ਗਿਆ ਵੀ ਅਸੀਂ ਹੁਣ ਪੁਰਾਣੀ ਸੋਚ ਵਿੱਚ ਬੈਠੇ ਆ ਤੇ ਹੁਣ ਤੁਸੀਂ ਇਹ ਆ ਗਿਆ ਉੱਥੋਂ ਆ ਬਾਣਾ ਪਾ ਲਿਆ ਚਲੋ ਮੈਂ ਹੁਣ ਕੀ ਕਹਿੰਦਾ ਵੀ ਅੱਧੀਆਂ ਗਲਤਾਂ ਟੱਗੀਆਂ ਚੱਪਣੀਆਂ ਥੱਲੇ ਲੱਤਾਂ ਹੇਲ ਦੇਸਦੀਆਂ ਝੋੜੇ ਦੇ ਵਿੱਚ ਚਲ ਝੋੜਾ ਸਾਹਿਬ ਕਹਿ ਲੈਣਾ ਫੇਰ ਇਹਨਾਂ ਕਹਣਾ ਫਰਾਕ ਫਰੂ ਕਹਿ ਦਿੱਤੀ ਤਾਂ ਪੰਗੇ ਪੈ ਜਾਣੇ ਆ ਝੋੜਾ ਸਾਹਿਬ ਕਹਿ ਲੈਣੇ ਤੁਹਾਨੂੰ ਠੀਕ ਨੇ ਬਾਏਵਾ ਤੁਸੀਂ ਤੁਮੇ ਨੂੰ ਇਹ ਦੱਸੋ ਬਈ ਇਹ ਹੁਣ ਕੰਮ ਚੰਗੇ ਲੱਗਦੇ ਆ ਇਸ ਆ ਜਿਹੜੀ ਸਾਡੀ ਆਪਣੇ ਇਸ ਟਾਈਮ ਦੇ ਤੇ ਟੈਕਨੀਕ ਕਿੱਥੇ ਆਈ ਹੋਆ ਤੁਸੀਂ ਇਹ ਹਾ ਅੱਧੀਆਂ ਲੱਤਾਂ ਲੰਗੀਆਂ ਕੀਤੀਆਂ ਲੱਤਾਂ ਤੁਹਾਡੀਆਂ ਦਿਸਦੀਆਂ ਕਿਸੇ ਔਰਤ ਦੀ ਲੱਤ ਦੱਸ ਬਈ ਤੁਸੀਂ ਪਤਾ ਨਹੀਂ ਕਈ ਕੁਸ਼ ਕਰਦੇ ਫਿਰਦੇ ਆ ਬਈ ਜਨਾਨੀ ਨੂੰ ਅਕਲ ਕੋਈ ਨਹੀਂ ਗੀ ਆ ਨਹੀਂ ਹੈਗਾ ਤੇ ਤੁਹਾਡੀਆਂ ਆਪਣੀਆਂ ਲੱਤਾਂ ਲੰਗੀਆਂ ਆ ਤੇ ਤੁਸੀਂ ਕੋਈ ਥੱਲੇ ਪੈਂਟ ਪਾ ਲਓ ਕੋਈ ਪਜਾਮਾ ਪਾ ਲਓ ਠੀਕ ਹੈ ਕਿ ਨਹੀਂ ਤੇ ਹੁਣ ਤੁਸੀਂ ਇਦਾਂ ਲੱਤਾਂ ਨੰਗੀਆਂ ਕਿਹੜੀਆਂ ਲੜਾਈਆਂ ਕਰਨ ਜਾਣਾ ਕਿੱਥੇ ਨੂੰ ਜਾਣਾ ਤੁਸੀਂ ਬਾਰਡਰ ਕ੍ਰੋਸ ਕਿੱਥੇ ਕਰਨੇ ਆ ਮਾੜੀ ਮੋਟੀ ਸ਼ਰਮ ਕਰ ਲਿਆ ਕਰੋ ਹਾਂ ਕੋਈ ਜ਼ਮਾਨਾ ਅੱਗੇ ਤੋਂ ਅੱਗੇ ਆ ਰਿਹਾ ਬਹੁਤ ਜ਼ਿਆਦਾ ਹੋਰ ਸਰਦਾਰ ਬੰਦੇ ਨੇ ਉਹਨਾਂ ਨੇ ਵੀ ਪੈਂਟਾਂ ਪਾਈਆਂ ਨੇ ਪੱਗਾਂ ਬੰਨ੍ਹੀਆਂ ਨੇ ਨਾਇਸ ਬੰਦੇ ਨੇ ਕਰਪਾਣਾ ਨਹੀਂ ਕੋਈ ਚੱਕੀਆਂ ਆ ਤੁਸੀਂ ਅਸਲੇ ਚੱਕਟਿਓ ਕਰਪਾਣਾ ਚੱਕੀਆਂ ਆ ਬੰਦਿਆਂ ਨੂੰ ਡਰਾ ਰਹੇ ਨੇ ਲੜਾਈਆਂ ਤੁਸੀਂ ਕਰਨੀਆਂ ਕੋਈ ਨਹੀਂ ਗੀਆਂ ਹੈਗੀਆਂ ਹੂੰ ਕੋਈ ਕੱਪੜਾ ਥੱਲੇ ਪਾ ਲਓ ਕੋਈ ਪਜਾਮਾ ਪਾ ਲਓ ਬੜੀਆ ਕੋਈ ਉੱਤੇ ওভারਕੋਟ ਪਾ ਲਓ ਹੈ ਉਹ ਹੀ ਪੁਰਾਣੀ ਸੋਚ ਬਚਣਾ ਅਸੀਂ ਕਰਪਾਣਾ ਚੱਕ ਕੇ ਹਥਿਆਰ ਚੱਕ ਕੇ ਬੜੀਆਂ ਲੜਾਈਆਂ ਕਰਦੇ ਨੇ ਤੁਸੀਂ ਆਹ ਕਰਦੇ ਨੇ ਉਹ ਜਮਾਨਾ ਪਹਿਲਾ ਸੀ ਹੋਣ ਨਹੀਂਗਾ ਹੈਗਾ ਔਰ ਤੁਸੀਂ ਉਸੇ ਸੋਚ ਵਿੱਚ ਬੈਠੇ ਨੇ ਪੁਰਾਣੀ ਸੋਚ ਦੇ ਵਿੱਚ ਠੀਕ ਹੈ ਜੀ ਔਰ ਸਰਦਾਰ ਬੰਦੇ ਬਹੁਤ ਵਧੀਆ ਨਾਈਸ ਬੰਦੇ ਨੇ ਸੋਚ ਵਧੀਆ ਹੈ ਠੀਕ ਹੈ ਕਣ ਤੁਹਾਡੀ ਸੋਚ ਇੱਥੇ ਰਣੀ ਅੱਡ ਜੱਕੜੇ ਪਾਇਵਾ ਅੱਛਾ ਟੱਟਾ ਹੂਏ ਪਾਇਵਾ ਔਰ ਡਡੀਆਂ 6-6 ਫੁੱਟੀਆਂ ਕ੍ਰਪਾਣਾ 5-5 ਫੁੱਟੀਆਂ 4-4 ਫੁੱਟੀਆਂ ਪਾਈਆਂ ਤੁਸੀਂ ਹੂੰ ਬਈ ਆਹੀ ਸਾਡੇ ਕੋਲ ਹੋਣੀਆਂ ਚਾਹੀਦੀਆਂ ਕਾਹਨੂੰ ਤੂੰ ਸਾਡੀ ਕੰਟਰੀ ਯਾਦ ਹੋ ਜੇ ਤੁਸੀਂ ਮਾਨ ਲੋ ਕੰਟਰੀ ਲੈ ਲਈਆ ਤੁਸੀਂ ਨਿਆਣੇ ਤੁਹਾਡੇ ਪੜਨ ਜਾਣਗੇ ਸਕੂਲੇ ਤੂੰ ਆਏ ਡਿਗਰੀ ਕਰਪਾਣਾ ਪਾ ਕੇ ਜਾਣਗੇ ਉੱਥੇ ਹੂੰ ਕੋਈ ਲੜਾਈ ਝਗੜਾ ਹੋਇਆ ਇੱਕ ਦੂਜੇ ਦੇ ਖੋਭੂਗੇ ਮਾਰੂਗੇ ਉਹਨਾਂ ਨੂੰ ਇਹਨਾਂ ਦਾ ਫਾਇਦਾ ਕੀ ਆ ਉਹ ਤਾਂ ਸਾਨੂੰ ਦੱਸ ਦਿਓ ਫਾਇਦਾ ਕੀ ਆ ਕਰਪਾਣ ਨਾਲ ਟੱਕੂਆਂ ਦਾ ਕੀ ਫਾਇਦਾ ਕੋਈ ਅਸੀਂ ਆਪਣੀ ਕੰਟਰੀ ਬਚ ਰਹੇ ਨੇ ਅਸੀਂ ਯਾਦ ਹਾਂ ਠੀਕ ਹੈ ਕਿ ਆਪਣੀ ਕੰਟਰੀ ਵਿੱਚ ਰਹਿੰਦੇ ਅਸੀਂ ਯਾਦ ਐ ਡਰ ਕਾਦਾ ਤੁਹਾਨੂੰ ਕਾਦਾ ਡਰ ਆਪਿਆ ਤੁਸੀਂ ਤਾਂ ਬੜੇ ਦਲੇਰ ਬੰਦੇ ਨੇ ਸਾਤੋਂ ਤੁਸੀਂ ਡਰਦੇ ਹੋ ਕਿਰਪਾਨਾਂ ਸਾਤੋਂ ਡਰ ਲੱਗਦਾ ਤੁਹਾਨੂੰ ਆਹ ਕਿਰਪਾਨਾਂ ਪਾਈਆਂ ਐ ਐ ਡੱਡੀਆਂ ਚੰਗੀਆਂ ਲੱਗਦੀ ਐ ਵੀ ਭਾਰ ਚੱਕਿਆ ਬਿਨਾ ਮੌਕ ਬਿਨਾ ਗੱਲ ਤੋਂ ਉਹ ਇੱਥੇ ਤਰਸੂਲ ਪਾਇਓ ਇੱਥੋਂ ਪਾਇਓ ਪਾਈ ਸਾਨੂੰ ਡਰ ਲੱਗਦਾ ਤੁਹਾਡੇ ਕੋਲੋਂ ਤੁਹਾਨੂੰ ਸਾ ਤੋਂ ਡਰ ਲੱਗਦਾ ਹੈਗਾ ਠੀਕ ਨੇ ਇਹ ਕਰਪਾਨਾ ਪਾ ਕੇ ਤੁਸੀਂ ਜਾ ਬਾਰਡਰ ਤੇ ਲੜੋ ਜਾ ਕਸ਼ਮੀਰ ਵਿੱਚ ਜਾਓ ਜਿੱਥੇ ਬਰਫ਼ ਪੈਂਦੀ ਆ ਫਰਾਕ ਅਜਰੇ ਪਾਓ ਉਹ ਤੁਸੀਂ ਚੋਲੇ ਹਨ ਇਹ ਲੜਾ ਇਹ ਬਾਅਦ ਦੇ ਵੇਲੇ ਤੁਸੀਂ ਇਦਾਂ ਹੀ ਕਹਿੰਦੇ ਵੀ ਅਸੀਂ ਇੱਦੇ ਰਹਿਾਂਗੇ ਇਹ ਪਾਓ ਚੋਲੇ ਪਾ ਕੇ ਉੱਥੇ ਲੜਾਈਆਂ ਕਰੋ ਜਾ ਕੇ ਕਸ਼ਮੀਰ ਦੇ ਵਿੱਚ ਠੀਕ ਹੈ ਨੇ ਸਾਡੇ ਆਰਮੀ ਵਾਲੇ ਬੰਦੇ ਸ਼ਹੀਦ ਹੁੰਦੇ ਨੇ ਕਦੇ ਤੁਸੀਂ ਇਹ ਸੋਚਿਆ ਵੀ ਅਸੀਂ ਤੁਹਾਡੀ ਹੈਲਪ ਕਰੀਏ ਅਸੀਂ ਆਉਨੇ ਆ ਤੁਹਾਡੇ ਲਈ ਕੁਰਬਾਨੀ ਦੇਣ ਲਈ ਹਾਂ ਜਿਨੇ ਨਿਹੰਗ ਨੇ ਹੁਗ ਬਣਿਆ ਜਥੇ ਬੰਦੀਆਂ ਤੇ ਸੋਚਿਆ ਵੀ ਅਸੀਂ ਆਉਨੇ ਆ ਤੁਹਾਡੀ ਹੈਲਪ ਕਰਨ ਵਾਸਤੇ ਜਾਉ ਕਸ਼ਮੀਰ ਦੇ ਵਿੱਚ ਜੇ ਅੱਧੇ ਘੰਟੇ ਬਾਅਦ ਟਰੱਕ ਦੇ ਵਿੱਚ ਲੱਦ ਕੇ ਨਾਲਿਆਂ ਦੇ ਤਾਂ ਫੇਰ ਗੱਲ ਕਰਿਓ ਚਾਰ ਚਾਰ ਜਾਈਆਂ ਲੈ ਕੇ ਨਾ ਤੁਹਾਡੇ ਤਾਂ ਚੌਥੇ ਦਿਨ ਬਾਅਦ ਤੁਹਾਨੂੰ ਸੌਰਤ ਹੋਣੀ ਹੈ ਜਦੋਂ ਬਰਫ਼ ਉਹ ਪਿਗਲੀ ਤਾਂ ਖੂਨ ਤੁਹਾਡਾ ਸਹੀ ਚੱਲਣ ਲੱਗਾ ਠੀਕ ਹੈ ਉਹ ਠੰਡੇ ਬੰਦੇ ਨੇ ਜਿਹੜੇ ਸਾਡੇ ਫੌਜੀ ਐ ਜਵਾਨ ਆਰਮੀ ਦੇ ਜਿਹੜੇ ਉੱਥੇ ਕਸ਼ਮੀਰ ਦੇ ਵਿੱਚ ਏਡੇ ਮਾਈਨਸ ਦੇ ਵਿੱਚ ਡਿਗਰੀ ਦੇ ਵਿੱਚ ਕੰਮ ਕਰਦੇ ਨੇ ਤੇ ਤੁਸੀਂ ਉੱਥੇ ਚੱਲਣਾ ਆ ਤੁਸੀਂ ਜਾਣਾ ਉੱਥੇ ਲੜਾਈਆਂ ਕਰਨ ਕਸ਼ਮੀਰ ਦੀਆਂ ਪਹਾੜੀਆਂ ਦੇ ਵਿੱਚ ਫੌਜੀਆ ਦੇ ਨਾਲ ਉਹ ਫੌਜੀ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਸ਼ਹੀਦ ਕਹਿੰਦੇ ਨੇ ਤੇ ਤੁਸੀਂ ਆਪ ਹੀ ਬੱਡ ਟੱਕ ਹੋ ਕੇ ਹਨ ਤੁਸੀਂ ਆਪਣੇ ਆਪ ਨੂੰ ਸ਼ੀਤਾਂ ਦਾ ਦਰਜਾ ਦੇਣ ਲੱਪੈ ਨੇ ਕੋ ਟਰੱਕ ਦੇ ਵਿੱਚ ਵੱਜਦਾ ਉਹਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ ਟਰੱਕ ਵੱਜਵਾਦਾ ਮੈਂ ਸਿੱਧਾ ਹੀ ਕਹਿੰਦਾ ਅਰਦੀਪ ਸਿੱਧੂ ਨੂੰ ਟਰੱਕ ਦੇ ਵਿੱਚ ਵੱਜ ਕੇ ਉਹਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ ਲੈ ਕਹਿੰਦੇ ਤੂੰ ਡਾਰ ਕੇ ਕਹੂੰਗਾ ਫਲਾਨਾ ਵੀ ਨਾਂ ਨਹੀਂ ਲਿਆ ਮੈਂ ਡਾਇਰੈਕਟ ਨਾਂ ਲੈਣ ਉਹਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ ਨਾ ਸਿੰਘ ਸਜਾਣਾ ਅਮਰਤ ਸਿੰਘ ਆ ਗਿਆ ਤੇ ਉਹ ਲੋਕ ਕਹਿੰਦੇ ਜੀ ਸ਼ਹੀਦ ਹੋ ਗਏ ਨਾਲ ਲੜਾਈ ਲੜੀ ਕਿਸੇ ਪਾਸੇ ਹੈ ਇਹਨਾਂ ਬੰਦਿਆਂ ਨੂੰ ਸ਼ਹੀਦਾਂ ਦਾ ਦਰਜਾ ਦੇ ਦਿੰਦੇ ਨੇ ਇਹ ਦਲ ਬਦਲੂ ਬੰਦੇ ਹੁੰਦੇ ਨੇ ਪਹਿਲਾਂ ਆਪਣੇ ਮੋਦੀ ਦੀ ਪਾਰਟੀ ਵਿੱਚ ਸੀ ਉਦੋਂ ਨਿਕਲ ਗਿਆ ਇੱਥੇ ਆ ਆ ਗਿਆ ਆਮ ਆਨ ਦੀ ਪਾਰਟੀ ਦੇ ਵਿੱਚ ਇਹਨਾਂ ਦਲ ਬਦਲੂਆਂ ਦੇ ਉੱਤੇ ਕਿੰਨਾ ਯਕੀਨ ਕਰੋਗੇ ਤੁਸੀਂ ਕਰ ਨਹੀਂ ਸਕਦੇ ਠੀਕ ਹੈ ਕਰਨ ਤੇ ਆ ਕਾ ਮਾਨਵਾ ਇਹਨੂੰ ਵੀ ਸ਼ਹੀਦ ਦਾ ਦਰਜਾ ਦੇ ਦੋ ਠੰਡ ਠੰਡਣ ਵਾਲੇ ਨੇ ਮਰ ਮੁਰ ਜਾਣਾ ਤੇ ਪਜਾਮੇ ਦੇ ਵਿੱਚ ਇਹਦਾ ਪੈਰ ਫਸ ਕੇ ਮੁਰਾ ਡੈਕ ਡੋਕ ਪਾਣਾ ਤੇ ਗੱਡੀ ਗੁੱਡੀ ਚੜ ਗਿਆ ਤੇ ਇਹਨੂੰ ਵੀ ਸ਼ਹੀਦ ਦਾ ਦਰਜਾ ਦੇ ਦੇ ਜੀ ਲੈਕਚਰ ਕਰਨ ਚੰਦੇ ਆ ਸੀ ਕਰਨ ਤੇ ਉੱਥੇ ਜਾਨ ਦੇ ਦਾ ਕੋਈ ਜ਼ਖਮੀ ਹੋ ਗਿਆ ਕੋਈ ਉਹ ਥੱਲੇ ਡੈਗ ਪਿਆ ਤੇ ਸੀਦ ਵਾਸ ਫੋਟੋ ਲਾ ਦਿਓ ਦੀ ਇਹਨੂੰ ਵੀ ਮਿਲਣਾ ਹੀ ਆ ਦਰਜਾ ਨੂੰ ਸ਼ਹੀਦ ਦਾ ਹੋਰ ਕੀ ਹੁਣ ਭਾਵੇਂ ਬੁਖਾਰ ਨਾਲ ਹੀ ਮਰ ਜਾਵੇ ਕੋਈ ਚੱਕਰ ਨਹੀਂਗਾ ਇਹਨਾਂ ਨੂੰ ਸੀ ਦਣਾ ਦਰਜਾ ਦਿੰਦੇ ਆ ਤੁਸੀਂ ਹੂੰ ਆ ਮਾਣ ਨੂੰ ਠੀਕ ਆ ਖਣ ਉਹ ਨਾਰੇ ਮਾਰੀ ਜਾਂਦਾ ਜੀ ਝੰਡੇ ਲਾਵੋ ਆਪਣੇ ਘਰ ਦੇ ਫਲਾਨਾ ਲਾਵੋ ਆ ਝੰਡਾ ਲਾਉਣਾ ਚਾਹੀਦਾ ਤੁਹਾਨੂੰ ਖਾਲਸਤਾਨ ਦਾ ਝੰਡਾ ਲਾਉਣਾ ਚਾਹੀਦਾ ਇਹਦੇ ਆਪਣੇ ਘਰ ਲੱਗਾ ਖਾਲਸਤਾਨ ਦਾ ਝੰਡਾ ਲੋਕਾਂ ਦੇ ਘਰਾਂ ਦੇ ਵਿੱਚ ਝੰਡੇ ਲੂੰਦਾ ਫਿਰਦਾ ਹੂੰ ਇਹਦੇ ਆਪਣੇ ਘਰ ਲੱਗਾ ਝੰਡਾ ਹੂੰ ਨਹੀਂ ਨਾ ਲੱਗਾ ਇਹਦੇ ਨਹੀਂ ਲੱਗਣਾ ਇਹਨੇ ਬੰਦੇ ਹੀ ਮਰਾਉਣੇ ਮਰੋਣੇ ਠੀਕ ਹੈ ਕਹਨੇ ਚਲੋ ਬਾਕੀ ਹੋਰ ਪਾਸੇ ਨੂੰ ਆ ਜਾਓ ਮੈਂ ਛੱਡਣੀ ਨਹੀਂ ਅੱਜ ਪੂਰੀ ਰੀਲ ਬਣਾਉਣੀ ਤੁਹਾਡੇ 15 ਦਿਨ ਹੋ ਗਿਆ ਸੀ ਵੀਡੀਓ ਬਣਾਉਣ ਦਾ ਟਾਈਮ ਨਹੀਂ ਸੀ ਲੱਗਦਾ ਬਹੁਤ ਮੁਸ਼ਕਲ ਦੇ ਨਾਲ ਖੜਿਆ ਟਾਈਮ ਠੀਕ ਹੈ ਕਹਨੇ ਫੇਰ ਕਹਿੰਦੇ ਸਾਡੇ ਜੀ ਅੱਜ ਨੇ ਸਿੱਖ ਧਰਮ ਇਹਦੇ ਵਿੱਚ ਬੰਦੇ ਨਹੀਂ ਗਏ ਆਉਂਦੇ ਹੈਗੇ ਹੂੰ ਇਹ ਬੰਦੇ ਚਾਰਚੇ ਵਿੱਚ ਜਾ ਰਹੇ ਹੈਗੇ ਆਪਣੇ 크ਰਿਸਚਨ ਧਰਮ ਨੂੰ ਅਪਣਾ ਰਹੇ ਨੇ ਚਲੋ 크ਰਿਸਚਨ ਧਰਮ ਦੀ ਅਪਣਾ ਰਹੇ ਆ ਤੇ ਉਹਨਾਂ ਦੀ ਮਰਜ਼ੀ ਆ ਅਪਣਾਉਂਦੇ ਆ ਠੀਕ ਨੇ ਅਪਣਾਉਂਦੇ ਤਾਂ ਹੈਗੇ ਆ ਤੇ ਤੁਸੀਂ ਮੈਨੂੰ ਇਹ ਦੱਸਿਓ